ਦੋਸਤੋ, ਅੱਜ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਐਂਡਰਾਇਡ ਮੋਬਾਈਲ 'ਤੇ ਪੰਜਾਬੀ ਫੌਂਟ ਜਿਵੇਂ ਅਨਮੋਲ ਲਿਪੀ, ਅਸੀਸ, ਅਮਰ ਲਿਪੀ, ਜਿੰਨੇ ਵੀ ਪੰਜਾਬੀ ਫੌਂਟ ਨੇ ਸਾਰੇ ਜੋ ਵੀ ਆਪਾਂ ਵਿੰਡੋਜ਼ ਦੇ ਵਿੱਚ ਕੰਪਿਊਟਰ 'ਤੇ ਯੂਜ਼ ਕਰਦੇ ਹਾਂ ਉਹ ਆਪਾਂ ਇਹਦੇ ਵਿੱਚ ਇੰਸਟਾਲ ਕਰ ਸਕਦੇ ਹਾਂ ਕਿਸੇ ਵੀ ਐਂਡਰਾਇਡ ਮੋਬਾਈਲ 'ਤੇ। ਸਭ ਤੋਂ ਪਹਿਲਾਂ ਤਾਂ ਦੋਸਤੋ, ਤੁਸੀਂ ਪਲੇ ਸਟੋਰ ਵਿੱਚ ਜਾਓਗੇ। ਪਲੇ ਸਟੋਰ ਵਿੱਚ ਜਾ ਕੇ ਤੁਸੀਂ ਪਲੇ ਸਟੋਰ ਵਿੱਚ ਜਾ ਕੇ ਸਭ ਤੋਂ ਪਹਿਲਾਂ ਤਾਂ WPS ਜਾਂ ਉਹਨੂੰ ਕਿੰਗ ਸੋਫਟ ਆਫਿਸ ਵੀ ਕਹਿ ਦਿੰਦੇ ਆ, ਕਿੰਗ ਸੋਫਟ ਆਫਿਸ ਸਭ ਤੋਂ ਪਹਿਲਾਂ ਆਊਗਾ। WPS ਪਲੱਸ ਆਫਿਸ ਪਲੱਸ PDF ਇਹਦਾ ਨਾਂ ਹੈ। ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਇੰਸਟਾਲ ਕਰੋਗੇ, ਇੰਸਟਾਲ ਕਰਕੇ ਫਿਰ ਇਹਨੂੰ ਓਪਨ ਕਰ ਲਓਗੇ। ਓਪਨ ਕਰਨ ਤੋਂ ਬਾਅਦ ਮੇਰੇ ਕੋਲ ਪਹਿਲਾਂ ਹੀ ਇੰਸਟਾਲ ਕੀਤਾ ਹੋਇਆ, ਇਸ ਕਰਕੇ ਇਸ ਤਰ੍ਹਾਂ ਓਪਨ ਕਰਕੇ ਆਊਗਾ। ਇਹ ਚੈਟਸ ਵੀ ਆਉਂਦੀਆਂ ਨੇ ਕੁਛ, ਫਿਰ ਵੀ ਚਲੋ ਇਹ ਸਾਰਾ ਜਿਹੜਾ WPS ਆਫਿਸ ਆ ਇਹ ਮਾਈਕਰੋਸੋਫਟ ਆਫਿਸ ਦੇ ਨਾਲ ਕੰਪੈਟੀਬਲ ਹੈ ਸਰ। ਹੁਣ ਦੋਸਤੋ, ਤੁਸੀਂ ਸਭ ਤੋਂ ਪਹਿਲਾਂ ਡਾਊਨਲੋਡ ਕਰੋ ਆਪਣੇ ਜੋ ਵੀ ਫੌਂਟ ਤੁਹਾਨੂੰ ਚਾਹੀਦੇ ਨੇ ਡਾਊਨਲੋਡ, ਪੰਜਾਬੀ ਅਸੀਸ ਫੌਂਟ ਹੋ ਗਏ, ਉਹਨਾਂ ਨੂੰ ਡਾਊਨਲੋਡ ਕਰ ਲਓ। ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਕੋਲ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ। ਡਾਊਨਲੋਡ ਹੋਣ ਤੋਂ ਬਾਅਦ ਮੇਰੇ ਕੋਲ ਪਹਿਲਾਂ ਡਾਊਨਲੋਡ, ਫਿਰ ਜਿਪ ਫਾਈਲ ਡਾਊਨਲੋਡ ਹੋ ਗਈ, ਫਿਰ ਉਹਨੂੰ ਓਪਨ ਕਰੋਗੇ। ਓਪਨ ਕਰਨ ਤੋਂ ਬਾਅਦ ਇਸ ਨੂੰ ਐਕਸਟ੍ਰੈਕਟ ਕਰ ਲਓ। ਐਕਸਟ੍ਰੈਕਟ ਕਰਕੇ ਕਿਸੇ ਵੀ ਸਟੋਰੇਜ ਦੇ ਵਿੱਚ, ਜਿਸ ਤਰ੍ਹਾਂ ਮੈਂ ਇੱਥੇ ਕਰ ਲਿਆ ਡਾਊਨਲੋਡ ਦੇ ਵਿੱਚ, ਇੱਥੇ ਐਕਸਟ੍ਰੈਕਟ ਕਰ ਲਿਆ, ਇੱਥੇ ਮੇਰੇ ਕੋਲ ਅਸੀਸ ਫੌਂਟ ਦੇ ਵਿੱਚ ਆ ਜੀ। ਜੋ ਵੀ ਫੌਂਟ ਜਿਨ੍ਹਾਂ ਦੇ ਪਿੱਛੇ ਡੋਟ ਪਾ ਕੇ TTF ਲਿਖਿਆ ਹੋਇਆ ਉਹ ਫੌਂਟ ਤੁਸੀਂ ਸੇਵ ਕਰ ਲੈਣੇ ਆ। TTF ਜਿਸ ਤਰ੍ਹਾਂ ਆਹ ਵਾਲਾ TTF ਹੈ ਫੌਂਟ, ਇਸੇ ਤਰ੍ਹਾਂ ਹੀ ਮੇਰੇ ਕੋਲ ਅਨਮੋਲ ਲਿਪੀ, ਅਮਰਤ ਲਿਪੀ ਵਾਲਾ ਜਿਹੜਾ ਇਹਦਾ TTF ਪਿਆ ਵੇਲੇ, ਇਹ TTF ਫੌਂਟ ਨੇ ਜਿੰਨੇ ਵੀ, ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਇੱਕ ਜਗ੍ਹਾ ਦੇ ਉੱਪਰ ਲੈ ਜਾਓ ਸਾਰਿਆਂ ਨੂੰ। ਜਿਸ ਤਰ੍ਹਾਂ ਅਨਮੋਲ ਲਿਪੀ ਦਾ ਵੀ ਇੱਕ ਐਕਸਟ੍ਰੈਕਟ ਕਰਨ ਤੋਂ ਬਾਅਦ ਅਨਮੋਲ ਲਿਪੀ ਦਾ ਵੀ TTF ਪਿਆ, ਤੁਸੀਂ ਸਾਰਿਆਂ ਨੂੰ ਕਰਕੇ ਇੱਕ ਜਗ੍ਹਾ 'ਤੇ ਕਾਪੀ ਕਰ ਲਓ। ਕਾਪੀ ਕਰਨ ਤੋਂ ਬਾਅਦ ਤੁਸੀਂ ਆਪਣੇ ਫੋਨ ਦੇ ਐਕਸਪਲੋਰਰ, ਫਾਈਲ ਐਕਸਪਲੋਰਰ 'ਚ ਜਾਓ। ਉੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਟੋਰੇਜ ਦੇ ਵਿੱਚ ਜਾ ਕੇ ਆਪਣੇ ਇੱਕ ਇੱਥੇ ਆਪਸ਼ਨ ਆ ਸ਼ੋ ਹਿਡਨ ਫਾਈਲਸ ਨੂੰ ਤੁਸੀਂ ਔਨ ਕਰ ਲਓ। ਜਿੰਨੀਆਂ ਵੀ ਤੁਹਾਡੀਆਂ ਹਿਡਨ ਫਾਈਲਸ ਨੇ ਸ਼ੋ ਹੋਣ ਲੱਗ ਜਾਣਗੀਆਂ। ਉਸ ਤੋਂ ਬਾਅਦ ਤੁਸੀਂ ਕੀ ਕਰੋ, ਤੁਸੀਂ ਆਪਣੇ ਜਿੱਥੇ ਵੀ ਫੌਂਟਸ ਡਾਊਨਲੋਡ ਕੀਤੇ ਹੋਏ ਨੇ ਉਹ ਫੌਂਟਸ ਨੂੰ ਸਿਲੈਕਟ ਕਰ ਲਓ। ਜਿਸ ਤਰ੍ਹਾਂ ਮੈਂ ਅਨਮੋਲ ਲਿਪੀ ਦੇ ਵਿੱਚ ਆਹ ਅਨਮੋਲ ਸੀਗਾ TTF ਕੀਤਾ ਹੋਇਆ, ਮੈਂ ਇਹਨੂੰ ਸਿਲੈਕਟ ਕਰ ਲਿਆ। ਇੱਥੇ ਸਿਲੈਕਟ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਕਾਪੀ ਕਰ ਲਓ। ਕਾਪੀ ਕਰਕੇ ਫਿਰ ਇੰਟਰਨਲ ਸਟੋਰੇਜ 'ਤੇ ਚਲੇ ਜਾਓ, ਜੋ ਵੀ ਸਟੋਰੇਜ ਆ ਤੁਹਾਡੀ, ਉੱਥੇ ਤੁਸੀਂ ਐਂਡਰਾਇਡ ਵਿੱਚ ਜਾਓ। ਐਂਡਰਾਇਡ 'ਚ, ਐਂਡਰਾਇਡ ਦੇ ਵਿੱਚ ਡਾਟਾ, ਡਾਟਾ ਤੋਂ ਬਾਅਦ ਤੁਹਾਡੇ ਕੋਲ ਇੱਕ ਆਏਗਾ cn.wps.mOffice._eng, ਇਹਨੂੰ ਤੁਸੀਂ ਸਿਲੈਕਟ ਕਰ ਲਓ। ਸਿਲੈਕਟ ਕਰ ਲਿਆ, ਸਿਲੈਕਟ ਕਰਨ ਤੋਂ ਬਾਅਦ ਇੱਥੇ .cache ਆ ਜਾਏਗਾ। ਉੱਥੇ ਫਿਰ ਕਿੰਗ ਸੋਫਟ ਆਫਿਸ ਆ ਜਾਏਗਾ। ਕਿੰਗ ਸੋਫਟ ਆਫਿਸ ਦੇ ਵਿੱਚ .fonts ਆ ਜਾਏਗਾ। .fonts ਦੇ ਵਿੱਚ ਇਹਨਾਂ ਨੂੰ ਚੱਕ ਕੇ ਤੁਸੀਂ ਪੇਸਟ ਕਰ ਦਿਓ। ਪੇਸਟ ਕਰਨ ਤੋਂ ਬਾਅਦ ਤੁਸੀਂ ਆਪਣੇ ਮੋਬਾਈਲ ਨੂੰ ਸਵਿੱਚ ਆਫ ਕਰ ਦਿਓ। ਸਵਿੱਚ ਆਫ ਕਰਨ ਤੋਂ ਬਾਅਦ ਦੁਬਾਰਾ ਜਦੋਂ ਤੁਸੀਂ ਸਵਿੱਚ ਔਨ ਕਰੋਗੇ ਤਾਂ ਤੁਸੀਂ ਆਪਣੇ WPS ਆਫਿਸ ਜਿਹੜਾ ਤੁਸੀਂ ਪਹਿਲਾਂ ਇੰਸਟਾਲ ਕੀਤਾ ਸੀ ਉਹਦੇ ਵਿੱਚ ਕੋਈ ਵੀ ਨਵਾਂ ਡਾਕੂਮੈਂਟ ਲਓ। ਨਵਾਂ ਡਾਕੂਮੈਂਟ ਲੈਣ ਤੋਂ ਬਾਅਦ ਬਲੈਂਕ ਦੇ ਵਿੱਚ ਤੁਸੀਂ ਜਾ ਕੇ ਥੱਲੇ ਕਰਕੇ ਇਸ ਤਰ੍ਹਾਂ ਇੱਥੇ ਤੁਸੀਂ ਆਪਣੇ ਜਿਹੜੇ ਫੌਂਟਸ ਜੋ ਵੀ ਤੁਸੀਂ ਕੀਤੇ ਸੀ ਆਪਣੇ ਇੰਸਟਾਲ ਕੀਤੇ, ਜਿਸ ਤਰ੍ਹਾਂ ਅਨਮੋਲ ਲਿਪੀ ਕੀਤਾ ਸੀ, ਅਨਮੋਲ ਲਿਪੀ ਨੂੰ ਸਿਲੈਕਟ ਕਰ ਲਓ। ਸਿਲੈਕਟ ਕਰਨ ਤੋਂ ਬਾਅਦ ਡਨ ਕਰਕੇ ਉਸ ਤੋਂ ਬਾਅਦ ਇੱਥੇ ਕੁਛ ਵੀ ਲਿਖਣਾ ਸ਼ੁਰੂ ਕਰੋਗੇ ਤਾਂ ਤੁਹਾਡੇ ਕੋਲ ਆ ਜਾਏਗਾ। ਇਸ ਤਰ੍ਹਾਂ ਮੈਂ ਇੱਥੇ ਲਿਖਣ ਲੱਗਿਆ, ਇਸ ਤਰ੍ਹਾਂ ਮੈਂ ਦੇਖਣ ਲੱਗਿਆ ਇੱਥੇ, ਸਪੋਜ਼ ਆ ਦੇਖੋ ਧੰਨਵਾਦ, ਧੰਨਵਾਦ। ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਕਿਸੇ ਵੀ ਫੋਨ ਦੇ ਵਿੱਚ ਆਪਣਾ ਫੌਂਟਸ ਨੂੰ ਇੰਸਟਾਲ ਕਰ ਸਕਦੇ ਹੋ, ਪੰਜਾਬੀ ਫੌਂਟਸ ਨੂੰ।
इन्ना कहना मैं तुहाडा सारयां दा धन्नवाद करदा। थैंक यू वेरी मच।